ਵਿਮੋਲਿਆ ਇਹਨਾਂ ਨੂੰ ਦੱਸ ਕਿ ਮੈਂ ਤੇਰੀ ਪੱਕੀ ਪੱਕੀ ਮਸ਼ੂਕ ਹਾਂ। ਪਾਕਿਸਤਾਨੀ ਫਿਲਮ ਦਾ ਲੈਜੈਂਡ ਆਫ ਮੌਲਾ ਜੱਟ ਦਾ ਇਹ ਡਾਇਲੋਗ ਪੰਜਾਬ ਦੇ ਵਿੱਚ ਕੁਝ ਅਰਸੇ ਪਹਿਲਾਂ ਅਰਜਨ ਢਿੱਲੋਂ ਦੇ ਗਾਣੇ ਕਾਰਨ ਕਾਫ਼ੀ ਜ਼ਿਆਦਾ ਵਾਇਰਲ ਹੋਇਆ ਸੀ। ਇਸ ਫਿਲਮ ਨੂੰ ਲੈ ਕੇ ਹੁਣ ਇੱਕ ਚੰਗੀ ਖਬਰ ਸਾਹਮਣੇ ਆ ਰਹੀ ਹੈ। ਪਾਕਿਸਤਾਨ ਦੇ ਸ਼ਾਹਰੁਖ ਖਾਨ ਕਹੇ ਜਾਣ ਵਾਲੇ ਫਵਾਦ ਖਾਨ ਅਤੇ ਮਾਹਿਰਾ ਖਾਨ ਦੀ ਇਹ ਫਿਲਮ ਹੁਣ ਆਖਿਰਕਾਰ ਭਾਰਤ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਲਗਭਗ 2 ਸਾਲਾਂ ਦੇ ਬ੍ਰੇਕ ਤੋਂ ਬਾਅਦ ਹੁਣ ਇਹ ਫਿਲਮ 2 ਅਕਤੂਬਰ 2024 ਨੂੰ ਭਾਰਤ ਦੇ ਵਿੱਚ ਰਿਲੀਜ਼ ਕੀਤੀ ਜਾਵੇਗੀ। ਇਹ ਫਿਲਮ ਪਾਕਿਸਤਾਨ ਦੇ ਇਤਿਹਾਸ ਦੀ ਸਭ ਤੋਂ ਮਹਿੰਗੀ ਅਤੇ ਸਭ ਤੋਂ ਸਕਸੈਸਫੁਲ ਫਿਲਮ ਹੈ ਜਿਸ ਨੂੰ 25 ਦੇਸ਼ਾਂ ਦੇ ਵਿੱਚ ਰਿਲੀਜ਼ ਕੀਤਾ ਗਿਆ ਸੀ। ਹੁਣ ਤਿਆਰ ਹੋ ਜਾਓ ਕਿਉਂਕਿ ਭਾਰਤ ਦੇ ਵਿੱਚ ਇਹ ਫਿਲਮ ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਇਹ ਫਿਲਮ ਸਾਲ 2022 ਦੇ ਵਿੱਚ 25 ਦੇਸ਼ਾਂ ਦੇ ਵਿੱਚ ਰਿਲੀਜ਼ ਹੋਈ ਸੀ। ਹਾਲਾਂਕਿ ਇਸ ਫਿਲਮ ਨੂੰ ਭਾਰਤ 'ਚ ਰਿਲੀਜ਼ ਹੋਣ ਲਈ 2 ਸਾਲ ਦਾ ਇੰਤਜ਼ਾਰ ਕਰਨਾ ਪਿਆ। ਜਦੋਂ ਇਹ ਫਿਲਮ ਬੋਕਸ ਆਫਿਸ 'ਤੇ ਰਿਲੀਜ਼ ਹੋਈ ਤਾਂ ਇਸ ਨੇ ਕਈ ਦੇਸ਼ਾਂ ਦੇ ਵਿੱਚ ਹਲਚਲ ਮਚਾ ਦਿੱਤੀ। ਦੇਸ਼ਾਂ ਵਿਚਾਲੇ ਸਿਆਸੀ ਮਤਭੇਦਾਂ ਅਤੇ ਕਈ ਮੁਸ਼ਕਲ ਹਾਲਾਤਾਂ ਤੋਂ ਬਾਅਦ ਹੁਣ ਇਹ ਫਿਲਮ ਆਖਿਰਕਾਰ ਭਾਰਤ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਦ ਲੈਜੈਂਡ ਆਫ ਮੌਲਾ ਜੱਟ ਨੂੰ ਬਣਾਉਣ 'ਚ ਨਿਰਮਾਤਾਵਾਂ ਨੇ ਲਗਭਗ 70 ਕਰੋੜ ਪਾਕਿਸਤਾਨੀ ਰੁਪਏ ਖਰਚ ਕੀਤੇ ਸਨ। ਦੱਸਿਆ ਜਾਂਦਾ ਹੈ ਕਿ ਪਾਕਿਸਤਾਨ ਦੀ ਸਭ ਤੋਂ ਮਹਿੰਗੀ ਅਤੇ ਸਕਸੈਸਫੁਲ ਫਿਲਮ ਹੈ। ਫਿਲਮ ਦਾ ਟ੍ਰੀਟਮੈਂਟ ਵੀ ਸ਼ਾਨਦਾਰ ਸੀ। ਜਦੋਂ ਫਿਲਮ ਰਿਲੀਜ਼ ਹੋਈ ਤਾਂ ਪਾਕਿਸਤਾਨ ਸਮੇਤ ਦੁਨੀਆ ਦੇ ਕਈ ਦੇਸ਼ਾਂ ਦੇ ਸਿਨੇਮਾ ਘਰਾਂ ਦੇ ਵਿੱਚ ਹਾਊਸਫੁੱਲ ਦੇ ਬੋਰਡ ਲਗਾਉਣੇ ਪਏ ਸੀ। ਫਿਲਮ ਨੂੰ ਪਾਕਿਸਤਾਨ, UK, UAE, ਸਾਊਦੀ ਅਰਬ, ਨਾਰਵੇ, ਡੈਨਮਾਰਕ, ਬਹਿਰੀਨ, ਨੀਦਰਲੈਂਡ, ਨਿਊਜ਼ੀਲੈਂਡ, ਸਿੰਗਾਪੁਰ ਅਤੇ ਮਲੇਸ਼ੀਆ ਸਮੇਤ 25 ਦੇਸ਼ਾਂ ਦੇ ਵਿੱਚ 500 ਤੋਂ ਵੱਧ ਸਕਰੀਨਸ 'ਤੇ ਰਿਲੀਜ਼ ਕੀਤਾ ਗਿਆ ਸੀ। ਫਿਲਮ ਨੇ ਪਹਿਲੇ ਵੀਕਐਂਡ ਦੇ ਵਿੱਚ ਦੁਨੀਆ ਭਰ ਦੇ ਲਗਭਗ 51 ਕਰੋੜ ਪਾਕਿਸਤਾਨੀ ਰੁਪਏ ਦੀ ਵੱਡੀ ਕਮਾਈ ਕੀਤੀ ਸੀ। ਇਸ ਫਿਲਮ ਨੇ ਪੂਰੀ ਦੁਨੀਆ 'ਚ 400 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਾਰੋਬਾਰ ਕੀਤਾ ਸੀ। ਮੌਲਾ ਜੱਟ ਦੇ ਆਫੀਸ਼ੀਅਲ ਇੰਸਟਾਗ੍ਰਾਮ ਪੇਜ ਦੇ ਉੱਤੇ ਫਿਲਮ ਦਾ ਸ਼ਾਨਦਾਰ ਪੋਸਟਰ ਸ਼ੇਅਰ ਕਰਕੇ ਰਿਲੀਜ਼ ਡੇਟ ਦਾ ਐਲਾਨ ਕੀਤਾ ਗਿਆ। ਪਾਕਿਸਤਾਨੀ ਅਦਾਕਾਰ ਫਵਾਦ ਖਾਨ ਅਤੇ ਮਾਹਿਰਾ ਖਾਨ ਦੀ ਫਿਲਮ ਦ ਲੈਜੈਂਡ ਆਫ ਮੌਲਾ ਜੱਟ ਜੋ ਕਿ 2022 ਦੇ ਵਿੱਚ ਰਿਲੀਜ਼ ਹੋਈ ਸੀ, ਹੁਣ ਭਾਰਤੀ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਨੂੰ ਪੂਰੀ ਤਰ੍ਹਾਂ ਤਿਆਰ ਹੈ। ਤੁਹਾਨੂੰ ਦੱਸ ਦਈਏ ਕਿ ਦ ਲੈਜੈਂਡ ਆਫ ਮੌਲਾ ਜੱਟ ਪਾਕਿਸਤਾਨੀ ਸਿਨੇਮਾ ਇਤਿਹਾਸ ਦੀ ਸਭ ਤੋਂ ਮਹਿੰਗੀ ਅਤੇ ਸਭ ਤੋਂ ਸਫਲ ਫਿਲਮਾਂ ਦੇ ਵਿੱਚ ਇੱਕ ਹੈ। ਦ ਲੈਜੈਂਡ ਆਫ ਮੌਲਾ ਜੱਟ 12 ਅਕਤੂਬਰ 2022 ਨੂੰ ਭਾਰਤੀ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣੀ ਹੈ। ਇਸ ਫਿਲਮ ਦੇ ਵਿੱਚ ਫਵਾਦ ਖਾਨ, ਮਾਹਿਰਾ ਖਾਨ, ਹਮਜ਼ਾ ਅਲੀ ਅਬਾਸੀ, ਹੁਮੈਮਾ ਮਲਿਕ, ਗੋਹਰ ਰਸ਼ੀਦ, ਸ਼ਮੂਨ ਅਦਨਾਨ ਜ਼ਾਫਰ ਵਰਗੇ ਕਈ ਸਿਤਾਰਿਆਂ ਨੇ ਕੰਮ ਕੀਤਾ। ਨਿਰਦੇਸ਼ਕ ਬਿਲਾਲ ਲਸ਼ਾਰੀ ਅਤੇ ਮਾਹਿਰਾ ਖਾਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ਉੱਤੇ ਭਾਰਤ 'ਚ ਫਿਲਮ ਦੇ ਰਿਲੀਜ਼ ਦੀ ਜਾਣਕਾਰੀ ਦਿੱਤੀ ਹੈ। ਬਿਲਾਲ ਨੇ ਲਿਖਿਆ ਕਿ ਭਾਰਤ 'ਚ ਬੁੱਧਵਾਰ 2 ਅਕਤੂਬਰ ਨੂੰ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ। 2 ਸਾਲ ਹੋ ਗਏ ਹਨ ਅਤੇ ਅਜੇ ਵੀ ਪਾਕਿਸਤਾਨ ਦੇ ਵਿੱਚ ਵੀਕਐਂਡ 'ਤੇ ਹਾਊਸਫੁੱਲ ਹੈ। ਹੁਣ ਮੈਂ ਭਾਰਤ ਦੇ ਵਿੱਚ ਸਾਡੇ ਪੰਜਾਬੀ ਦਰਸ਼ਕਾਂ ਨੂੰ ਇਹ ਪਿਆਰ ਦੇ ਜਾਦੂ ਦਾ ਅਨੁਭਵ ਕਰਾਉਣ ਲਈ ਇੰਤਜ਼ਾਰ ਨਹੀਂ ਕਰ ਸਕਦਾ। ਵਿਮੋਲਿਆ ਇਹਨਾਂ ਨੂੰ ਦੱਸ ਕਿ ਮੈਂ ਤੇਰੀ ਪੱਕੀ ਪੱਕੀ ਮਸ਼ੂਕ ਹਾਂ। ਪਾਕਿਸਤਾਨੀ ਫਿਲਮ ਦਾ ਲੈਜੈਂਡ ਆਫ ਮੌਲਾ ਜੱਟ ਦਾ ਇਹ ਡਾਇਲੋਗ ਪੰਜਾਬ ਦੇ ਵਿੱਚ ਕੁਝ ਅਰਸੇ ਪਹਿਲਾਂ ਅਰਜਨ ਢਿੱਲੋਂ ਦੇ ਗਾਣੇ ਕਾਰਨ ਕਾਫ਼ੀ ਜ਼ਿਆਦਾ ਵਾਇਰਲ ਹੋਇਆ ਸੀ। ਇਸ ਫਿਲਮ ਨੂੰ ਲੈ ਕੇ ਹੁਣ ਇੱਕ ਚੰਗੀ ਖਬਰ ਸਾਹਮਣੇ ਆ ਰਹੀ ਹੈ। ਪਾਕਿਸਤਾਨ ਦੇ ਸ਼ਾਹਰੁਖ ਖਾਨ ਕਹੇ ਜਾਣ ਵਾਲੇ ਫਵਾਦ ਖਾਨ ਅਤੇ ਮਾਹਿਰਾ ਖਾਨ ਦੀ ਇਹ ਫਿਲਮ ਹੁਣ ਆਖਿਰਕਾਰ ਭਾਰਤ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਲਗਭਗ 2 ਸਾਲਾਂ ਦੇ ਬ੍ਰੇਕ ਤੋਂ ਬਾਅਦ ਹੁਣ ਇਹ ਫਿਲਮ 2 ਅਕਤੂਬਰ 2024 ਨੂੰ ਭਾਰਤ ਦੇ ਵਿੱਚ ਰਿਲੀਜ਼ ਕੀਤੀ ਜਾਵੇਗੀ। ਇਹ ਫਿਲਮ ਪਾਕਿਸਤਾਨ ਦੇ ਇਤਿਹਾਸ ਦੀ ਸਭ ਤੋਂ ਮਹਿੰਗੀ ਅਤੇ ਸਭ ਤੋਂ ਸਕਸੈਸਫੁੱਲ ਫਿਲਮ ਹੈ ਜਿਸ ਨੂੰ 25 ਦੇਸ਼ਾਂ ਦੇ ਵਿੱਚ ਰਿਲੀਜ਼ ਕੀਤਾ ਗਿਆ ਸੀ। ਹੁਣ ਤਿਆਰ ਹੋ ਜਾਓ ਕਿਉਂਕਿ ਭਾਰਤ ਦੇ ਵਿੱਚ ਇਹ ਫਿਲਮ ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਇਹ ਫਿਲਮ ਸਾਲ 2022 ਦੇ ਵਿੱਚ 25 ਦੇਸ਼ਾਂ ਦੇ ਵਿੱਚ ਰਿਲੀਜ਼ ਹੋਈ ਸੀ। ਹਾਲਾਂਕਿ ਇਸ ਫਿਲਮ ਨੂੰ ਭਾਰਤ 'ਚ ਰਿਲੀਜ਼ ਹੋਣ ਲਈ 2 ਸਾਲ ਦਾ ਇੰਤਜ਼ਾਰ ਕਰਨਾ ਪਿਆ। ਜਦੋਂ ਇਹ ਫਿਲਮ ਬੋਕਸ ਆਫਿਸ 'ਤੇ ਰਿਲੀਜ਼ ਹੋਈ ਤਾਂ ਇਸ ਨੇ ਕਈ ਦੇਸ਼ਾਂ ਦੇ ਵਿੱਚ ਹਲਚਲ ਮਚਾ ਦਿੱਤੀ। ਦੇਸ਼ਾਂ ਵਿਚਾਲੇ ਸਿਆਸੀ ਮਤਭੇਦਾਂ ਅਤੇ ਕਈ ਮੁਸ਼ਕਲ ਹਾਲਾਤਾਂ ਤੋਂ ਬਾਅਦ ਹੁਣ ਇਹ ਫਿਲਮ ਆਖਿਰਕਾਰ ਭਾਰਤ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਦ ਲੈਜੈਂਡ ਆਫ ਮੌਲਾ ਜੱਟ ਨੂੰ ਬਣਾਉਣ
ਬਣਾਉਣ 'ਚ ਨਿਰਮਾਤਾਵਾਂ ਨੇ ਲਗਭਗ 70 ਕਰੋੜ ਪਾਕਿਸਤਾਨੀ ਰੁਪਏ ਖਰਚ ਕੀਤੇ ਸਨ। ਦੱਸਿਆ ਜਾਂਦਾ ਹੈ ਕਿ ਪਾਕਿਸਤਾਨ ਦੀ ਸਭ ਤੋਂ ਮਹਿੰਗੀ ਅਤੇ ਸਕਸੈਸਫੁਲ ਫਿਲਮ ਹੈ। ਫਿਲਮ ਦਾ ਟ੍ਰੀਟਮੈਂਟ ਵੀ ਸ਼ਾਨਦਾਰ ਸੀ। ਜਦੋਂ ਫਿਲਮ ਰਿਲੀਜ਼ ਹੋਈ ਤਾਂ ਪਾਕਿਸਤਾਨ ਸਮੇਤ ਦੁਨੀਆ ਦੇ ਕਈ ਦੇਸ਼ਾਂ ਦੇ ਸਿਨੇਮਾ ਘਰਾਂ ਦੇ ਵਿੱਚ ਹਾਊਸਫੁੱਲ ਦੇ ਬੋਰਡ ਲਗਾਉਣੇ ਪਏ ਸੀ। ਫਿਲਮ ਨੂੰ ਪਾਕਿਸਤਾਨ, ਯੂਕੇ, UAE, ਸਾਊਦੀ ਅਰਬ, ਨਾਰਵੇ, ਡੈਨਮਾਰਕ, ਬਹਿਰੀਨ, ਨੀਦਰਲੈਂਡ, ਨਿਊਜ਼ੀਲੈਂਡ, ਸਿੰਗਾਪੁਰ ਅਤੇ ਮਲੇਸ਼ੀਆ ਸਮੇਤ 25 ਦੇਸ਼ਾਂ ਦੇ ਵਿੱਚ 500 ਤੋਂ ਵੱਧ ਸਕਰੀਨਸ 'ਤੇ ਰਿਲੀਜ਼ ਕੀਤਾ ਗਿਆ ਸੀ। ਫਿਲਮ ਨੇ ਪਹਿਲੇ ਵੀਕਐਂਡ ਦੇ ਵਿੱਚ ਦੁਨੀਆ ਭਰ ਦੇ ਲਗਭਗ 51 ਕਰੋੜ ਪਾਕਿਸਤਾਨੀ ਰੁਪਏ ਦੀ ਵੱਡੀ ਕਮਾਈ ਕੀਤੀ ਸੀ। ਇਸ ਫਿਲਮ ਨੇ ਪੂਰੀ ਦੁਨੀਆ 'ਚ 400 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਾਰੋਬਾਰ ਕੀਤਾ ਸੀ। ਮੌਲਾ ਜੱਟ ਦੇ ਆਫੀਸ਼ੀਅਲ ਇੰਸਟਾਗ੍ਰਾਮ ਪੇਜ ਦੇ ਉੱਤੇ ਫਿਲਮ ਦਾ ਸ਼ਾਨਦਾਰ ਪੋਸਟਰ ਸ਼ੇਅਰ ਕਰਕੇ ਰਿਲੀਜ਼ ਡੇਟ ਦਾ ਐਲਾਨ ਕੀਤਾ ਗਿਆ। ਪਾਕਿਸਤਾਨੀ ਅਦਾਕਾਰ ਫਵਾਦ ਖਾਨ ਅਤੇ ਮਾਹਿਰਾ ਖਾਨ ਦੀ ਫਿਲਮ ਦਾ ਲੈਜੈਂਡ ਆਫ ਮੌਲਾ ਜੱਟ, ਜੋ ਕਿ 2022 ਦੇ ਵਿੱਚ ਰਿਲੀਜ਼ ਹੋਈ ਸੀ, ਹੁਣ ਭਾਰਤੀ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਨੂੰ ਪੂਰੀ ਤਰ੍ਹਾਂ ਤਿਆਰ ਹੈ। ਤੁਹਾਨੂੰ ਦੱਸ ਦਈਏ ਕਿ ਦ ਲੈਜੈਂਡ ਆਫ ਮੌਲਾ ਜੱਟ ਪਾਕਿਸਤਾਨੀ ਸਿਨੇਮਾ ਇਤਿਹਾਸ ਦੀ ਸਭ ਤੋਂ ਮਹਿੰਗੀ ਅਤੇ ਸਭ ਤੋਂ ਸਫਲ ਫਿਲਮਾਂ ਦੇ ਵਿੱਚ ਇੱਕ ਹੈ। ਦ ਲੈਜੈਂਡ ਆਫ ਮੌਲਾ ਜੱਟ 12 ਅਕਤੂਬਰ 2022 ਨੂੰ ਭਾਰਤੀ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣੀ ਹੈ। ਇਸ ਫਿਲਮ ਦੇ ਵਿੱਚ ਫਵਾਦ ਖਾਨ, ਮਾਹਿਰਾ ਖਾਨ, ਹਮਜ਼ਾ ਅਲੀ ਅਬਾਸੀ, ਹੁਮੈਮਾ ਮਲਿਕ, ਗੋਹਰ ਰਸ਼ੀਦ, ਸ਼ਮੂਨ ਅਦਨਾਨ ਜ਼ਾਫਰ ਵਰਗੇ ਕਈ ਸਿਤਾਰਿਆਂ ਨੇ ਕੰਮ ਕੀਤਾ। ਨਿਰਦੇਸ਼ਕ ਬਿਲਾਲ ਲਸ਼ਾਰੀ ਅਤੇ ਮਾਹਿਰਾ ਖਾਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ਉੱਤੇ ਭਾਰਤ 'ਚ ਫਿਲਮ ਦੇ ਰਿਲੀਜ਼ ਦੀ ਜਾਣਕਾਰੀ ਦਿੱਤੀ ਹੈ। ਬਿਲਾਲ ਨੇ ਲਿਖਿਆ ਕਿ ਭਾਰਤ 'ਚ ਬੁੱਧਵਾਰ 2 ਅਕਤੂਬਰ ਨੂੰ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ। 2 ਸਾਲ ਹੋ ਗਏ ਹਨ ਅਤੇ ਅਜੇ ਵੀ ਪਾਕਿਸਤਾਨ ਦੇ ਵਿੱਚ ਵੀਕਐਂਡ 'ਤੇ ਹਾਊਸਫੁੱਲ ਹੈ। ਹੁਣ ਮੈਂ ਭਾਰਤ ਦੇ ਵਿੱਚ ਸਾਡੇ ਪੰਜਾਬੀ ਦਰਸ਼ਕਾਂ ਨੂੰ ਇਹ ਪਿਆਰ ਦੇ ਜਾਦੂ ਦਾ ਅਨੁਭਵ ਕਰਾਉਣ ਲਈ ਇੰਤਜ਼ਾਰ ਨਹੀਂ ਕਰ ਸਕਦਾ।